ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਸੀਐਮ ਚੰਨੀ ਨੇ ਪੇਸ਼ ਕੀਤਾ 100 ਦਿਨਾਂ ਰਿਪੋਰਟ ਕਾਰਡ ਵਿਦਿਆਰਥੀਆਂ ਲਈ ਕੀਤੇ ਵੱਡੇ ਐਲਾਨ ਜਾਣਨ ਦੇ ਲਈ ਵੀਡੀਓ ਨੂੰ ਸਾਰੀ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਦੋਸਤੋ ਤੁਹਾਨੂੰ ਪੂਰੀਆਂ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਜੋ ਸਾਂਝਾ ਕਰ ਰਹੇ ਹਾਂ ਉਹਨਾਂ ਦਾ ਪਤਾ ਲੱਗ ਜੇਗਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਸਰਕਾਰ ਦੇ 100 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਪੰਜਾਬ ਦੇ ਵਿਦਿਆਰਥੀਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪ੍ਰਾਈਵੇਟ ਅਤੇ ਸਰਕਾਰੀ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੜਨ ਵਾਲੇ ਵਿਦਿਆਰਥੀ ਹੁਣ ਬਸ-ਪਾਸ ਤੋਂ ਬਿਨਾਂ ਕਾਲਜ ਅਤੇ ਯੂਨੀਵਰਸਿਟੀ ਦੇ ਆਈ ਕਾਰਡ ਤੇ ਹੀ ਸਰਕਾਰੀ ਬੱਸਾਂ 'ਚ ਮੁਫਤ ਸਫ਼ਰ ਕਰ ਸਕਦੇ ਹਨ 31 ਮਾਰਚ ਤੱਕ ਵਿਦਿਆਰਥੀ ਬੱਸ ਪਾਸ ਬਣਾ ਲੈਣ ਉਦੋਂ ਤੱਕ ਆਈ ਡੀ ਕਾਰਡ ਦਿਖਾ ਕੇ ਸਫ਼ਰ ਕਰ ਸਕਦੇ ਹਨ ਇਸ ਦੌਰਾਨ ਉਹਨਾਂ ਨੇ ਕਿਹਾ ਦੀ 100 ਦਿਨਾਂ ਦੌਰਾਨ ਜਿਹੜੇ ਫੈਸਲੇ ਲਏ ਗਏ ਹਨ ਉਹਨਾਂ ਨੇ ਪੰਜਾਬ ਵਾਸੀਆਂ ਨੇ ਉਹਨਾਂ ਦੀ ਸ਼ਲਾਘਾ ਕੀਤੀ ਹੈ ਕਿਉਂਕਿ ਇਹ ਆਮ ਲੋਕਾਂ ਦੇ ਹਿੱਤ ਵਿੱਚ ਹਨ ਰਾਜਾ ਵੜਿੰਗ ਨੇ ਲੜ ਰਾਜਾ ਵੜਿੰਗ ਤੋਂ ਲੜਕੀ ਨੇ ਮੰਗੀ ਡਰਾਈਵਰ ਦੀ ਨੌਕਰੀ ਮੰਤਰੀ ਨੇ ਤੁਰੰਤ ਲਾਇਆ ਐਮ ਡੀ ਨੂੰ ਫੋਨ ਪੰਜਾਬ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਅਜੇ ਹੀ ਕੜਨਾ ਵਾਪਰੀ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਰਾਜਾ ਵੜਿੰਗ ਦੀ ਕਾਰ ਦੇ ਅੱਗੇ ਲੜਕੀ ਖੜੀ ਹੋ ਗਈ ਪੰਜਾਬ ਰੋਡਵੇਜ਼ ਦੇ ਡਰਾਈਵਰ ਦੀ ਨੌਕਰੀ ਦੀ ਮੰਗ ਕਰਨ ਲੱਗੀ ਲੜਕੀ ਨੇ ਦੱਸਿਆ ਉਸ ਦੇ ਕੋਲੇ ਹੈਵੀ ਡਿਊਟੀ ਲਾਇਸੈਂਸ ਹੈ ਤੇ ਉਹ ਬੱਸ ਵੀ ਚਲਾ ਸਕਦੀ ਹੈ ਇਸ ਦੇ ਮਗਰੋਂ ਮੰਤਰੀ ਰਾਜਾ ਵੜਿੰਗ ਨੇ ਮੌਕੇ ਤੇ ਹੀ ਐਮ ਡੀ ਨੂੰ ਫੋਨ ਲਾਇਆ ਕਿਹਾ ਕਿ ਲੜਕੀ ਨੂੰ ਨੌਕਰੀ ਆ ਜਿਹੜੀ ਡਰਾਈਵਰ ਦੀ ਦਿੱਤੀ ਜਾਵੇ ਗੱਲਬਾਤ ਦੇ ਦੌਰਾਨ ਵੜਿੰਗ ਨੇ ਐਮਡੀ ਮੈਡਮ ਨੂੰ ਇਹ ਸਵਾਲ ਵੀ ਕੀਤਾ ਜੇਕਰ ਇੱਕ ਮਹਿਲਾ ਐਮਡੀ ਹੋ ਸਕਦੀ ਆ ਤੇ ਇੱਕ ਲੜਕੀ ਬੱਸ ਕਿਉਂ ਨਹੀਂ ਚਲਾ ਸਕਦੀ ਲੜਕੀ ਨੇ ਕਿਹਾ ਜੀ ਉਹ ਇੱਕ ਖਡਾਰਨਾ ਪਰ ਉਹ ਖੇਡਾਂ ਵਿੱਚ ਅੱਗੇ ਨਹੀਂ ਜਾਉਣਾ ਚਾਹੁੰਦੀ ਸਗੋਂ ਇੱਕ ਡਰਾਈਵਰ ਦੀ ਨੌਕਰੀ ਕਰਨਾ ਚਾਹੁੰਦੀ ਹੈ ਲਹਿਰਾ ਗਾਗਾ ਦਾ ਪੁੱਤਰ ਤੇਲੰਗਾਨਾ ਵਿੱਚ ਅੱਤਵਾਦੀਆਂ ਨਾਲ ਲੋਹਾ ਲੈਂਦਾ ਸ਼ਹੀਦ ਤੇਲੰਗਾਨਾ ਦੇ ਸੁਕਮਾ ਵਿਖੇ ਬੀਤੇ ਦਿਨੀ ਮਾਓਵਾਦੀਆਂ ਤੇ ਅਤਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਲਹਿਰਾ ਗਾਗਾ ਦਾ ਨੌਜਵਾਨ ਫੌਜੀ ਸ਼ਹੀਦੀ ਦਾ ਜਾਨ ਪੀ ਗਿਆ ਸ਼ਹੀਦ ਕਮਾਂਡੋ ਵਿਰਿੰਦਰ ਸਿੰਘ ਸੀਆਰਪੀਐਫ ਵਿੱਚ ਭਰਤੀ ਹੋਇਆ ਸੀ ਤੇ ਵਿਰਿੰਦਰ ਨੇ ਕਮਾਂਡੋ ਟ੍ਰੇਨਿੰਗ ਪੂਰੀ ਕੀਤੀ ਸੀ ਉਸ ਦਾ ਪਹਿਲਾ ਡਿਊਟੀ ਓਡੀਸ਼ਾ ਦੇ ਵਿੱਚ ਸੀ ਬਾਅਦ ਵਿੱਚ ਮਧ ਪ੍ਰਦੇਸ਼ ਚੋਂ ਚਲਾ ਗਿਆ ਡੀਐਸਜੀਐਮਸੀ ਦੀ ਅੰਤਰਿੰਕ ਕਮੇਟੀ ਵੱਲੋਂ ਮਨਜਿੰਦਰ ਸਿਰਸਾ ਦਾ ਅਸਤੀਫਾ ਮਨਜ਼ੂਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਦੇ ਵੱਲੋਂ ਮਨਜਿੰਦਰ ਸਿੰਘ ਸਿਰਸਾ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ ਅੰਤਰਿੰਕ ਕਮੇਟੀ ਦੇ 13 ਮੈਂਬਰਾਂ ਦੇ ਵਿੱਚੋਂ 9 ਮੈਂਬਰਾਂ ਦੀ ਸਹਿਮਤੀ ਦੇ ਨਾਲ ਸਿਰਸਾ ਨੂੰ ਲਾਂਬੇ ਕਰ ਦਿੱਤਾ ਗਿਆ ਹੈ ਉਸ ਤੋਂ ਬਾਅਦ ਕਲਵੰਤ ਸਿੰਘ ਬਾਠ ਨੂੰ ਕਾਰਜਕਾਰੀ ਅਧਿਕਾਰੀ ਦੇ ਪ੍ਰਧਾਨ ਲਾਇਆ ਗਿਆ ਹੈ ਕਾਰਜਕਾਰੀ ਪ੍ਰਧਾਨ ਅਤੇ ਜਨਰਲ ਸਕੱਤਰ ਆਪਸੀ ਸਲਾਮ مشورے ਨਾਲ ਗੁਰਦੁਆਰਾ ਕਮੇਟੀ ਦੇ ਫੈਸਲੇ ਲੈਣਗੇ ਕਮੇਟੀ ਦੇ ਵੱਲੋਂ ਸਿਰਸਾ ਦਾ ਅਸਤੀਫਾ ਪ੍ਰਵਾਨ ਕਰਕੇ ਜਨਰਲ ਹਾਊਸ ਲਈ ਭੇਜਿਆ ਗਿਆ ਹੈ ਉਧਰ ਮਨਜਿੰਦਰ ਸਿਰਸਣ ਕਹਿ ਜੀ ਉਹ ਪਹਿਲਾਂ ਕਹਿ ਚੁੱਕੇ ਹਨ ਕਿ ਉਹ ਨਾ ਤਾਂ ਦਿੱਲੀ ਕਮੇਟੀ ਦੇ ਮੈਂਬਰ ਬੰਨਣਾ ਚਾਹੁੰਦੇ ਹਨ ਤੇ ਨਾ ਹੀ ਪ੍ਰਧਾਨ ਪੰਜਾਬ ਵਿੱਚ ਕਰੋਨਾ ਦੀ ਤੀਜੀ ਲਹਿਰ ਜੋ ਓਮਿਕਰੋਨ ਦੇ ਨਾਲ ਨਜਿੱਠਣ ਦੇ ਲਈ ਪੂਰੀ ਤਿਆਰੀ ਸੀਐਮ ਚੰਨੀ ਦਾ ਵੱਡਾ ਬਿਆਨ ਪਰ ਦੋਸਤੋ ਉਸ ਤੋਂ ਪਹਿਲਾਂ ਨੀਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬਰ ਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਮੁੱਖ ਮੰਤਰੀ ਦੇ ਵੱਲੋਂ ਹਾਕੀ ਅਤੇ ਫੁੱਟਬਾਲ ਸਟੇਡੀਅਮਾਂ ਦੇ ਲਈ ਸੱਤ ਆਰਟੀਫੀਸ਼ੀਅਲ ਟਰਫ ਵਿਛਾਉਣ ਦੀ ਮਨਜ਼ੂਰੀ ਮੁੱਖ ਮੰਤਰੀ ਚੰਨੀ ਨੇ ਨਵੇਂ ਸਾਲ ਦੇ ਤੋਹਫੇ ਵਜੋਂ ਸਿਟੀ ਸੈਂਟਰ ਸ਼੍ਰੀ ਚਮਕੌਰ ਸਾਹਿਬ ਕੀਤਾ ਲੋਕ ਅਰਪਣ ਸ਼੍ਰੀ ਚਮਕੌਰ ਸਾਹਿਬ ਵਿਖੇ ਆਕਸੀਜਨ ਜਨਰੇਸ਼ਨ ਪਲਾਂਟ ਦਾ ਵੀ ਕੀਤਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਨਵੇਂ ਸਾਲ ਦੇ ਮੌਕੇ ਤੇ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗੁਰਦੁਆਰਾ ਸਾਹਿਬ ਮੱਥਾ ਟੇਕ ਨੂੰ ਪ੍ਰਾਂਤ ਮੁੱਖ ਮੰਤਰੀ ਚੰਨੀ ਨੇ ਚਮਕੌਰ ਸਾਹਿਬ ਦੇ ਲੋਕਾਂ ਨੂੰ ਨਵੇਂ ਸਾਲ ਦਾ ਤੋਹਫਾ ਦੇਣ ਦਾ ਐਲਾਨ ਕੀਤਾ ਮੁੱਖ ਮੰਤਰੀ ਨੇ ਚਮਕੌਰ ਸਾਹਿਬ ਵਿਖੇ ਸਿਟੀ ਸੈਂਟਰ ਲੋਕ ਅਰਪਣ ਕੀਤਾ ਤੇ 5.6 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਸਿਟੀ ਸੈਂਟਰ 4 ਏਕੜ ਦੇ ਰਕਬੇ ਵਿੱਚ ਫੈਲਿਆ ਹੋਇਆ ਹੈ ਪਹਿਲਾਂ ਇਹ ਜ਼ਮੀਨ ਗੰਦੇ ਪਾਣੀ ਦਾ ਛੱਪੜ ਸੀ ਹੁਣ ਇਸ ਦੀ ਨਹਿਾਰ ਬਦਲ ਦਿੱਤੀ ਗਈ ਹੈ ਅਗਲੀ ਵੱਡੀ ਖਬਰ ਆ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਨਵੇਂ ਸਾਲ ਦਾ ਤੂਫਾਨ LPG ਸਿਲੰਡਰ ਹੋਇਆ ਸਸਤਾ 1 ਜਨਵਰੀ 2022 ਤੋਂ ਨਵਾਂ ਰੇਟ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੀ LPG ਸਿਲੰਡਰ ਦੀਆਂ ਕੀਮਤਾਂ ਵਿੱਚ 100 ਰੁਪਏ ਦੀ ਕਟੌਤੀ ਕੀਤੀ ਗਈ ਹੈ ਹਾਲਾਂਕਿ ਘਰੇਲੂ ਰਸੋਈ ਗੈਸ ਦਾ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਇਹ ਕਟੌਤੀ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੇ ਵਿੱਚ ਕੀਤੀ ਗਈ ਹੈ ਜ਼ਿਆਦਾ ਜਾਣਕਾਰੀ ਲਈ ਚੈਨਲ ਤੇ ਪਾਈ ਹੋਈ ਸ਼ਾਰਟ ਵੀਡੀਓ ਜਾ ਕੇ ਚੈੱਕ ਕਰ ਸਕਦੇ ਹੋ ਕੇਜਰੀਵਾਲ ਨੇ ਪੰਜਾਬੀਆਂ ਨੂੰ ਦਿੱਤੀਆਂ ਚਾਰ ਹੋਰ ਗਰੰਟੀਆਂ ਵਾਅਦੇ ਪੂਰੇ ਕਰਨ ਦੀ ਖਾਦੀ ਸੌਂ ਅਰਵਿੰਦ ਕੇਜਰੀਵਾਲ ਦੋ ਦਿਨਾਂ ਪੰਜਾਬ ਦੌਰੇ ਤੇ ਹਨ ਤੇ ਅੱਜ ਉਹ ਰਾਮ ਤੀਰਥ ਮੰਦਿਰ ਵਿੱਚ ਨਤਮਸਤਕ ਹੋਏ ਜਿੱਥੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਚਾਰ ਹੋਰ ਗਰੰਟੀਆਂ ਦਿੱਤੀਆਂ ਉਹਨਾਂ ਨੇ ਕਿਹਾ ਜੀ ਬਾਬਾ ਸਾਹਿਬ ਅੰਬੇਦਕਰ ਦੇ ਇਤਿਹਾਸ ਬਾਰੇ ਦੱਸਦਿਆਂ ਕਿਹਾ ਅਸੀਂ ਸੌਂ ਖਾਦੀ ਹੈ ਕਿ ਬਾਬਾ ਸਾਹਿਬ ਅੰਬੇਦਕਰ ਦਾ ਸੁਪਨਾ ਅਸੀਂ ਪੰਜਾਬ ਦੇ ਵਿੱਚ ਪੂਰਾ ਕਰਾਂਗੇ ਉਹਨਾਂ ਨੇ ਕਿਹਾ ਜੀ ਅੱਜ ਇਸ ਪਵਿੱਤਰ ਸਥਾਨ ਤੇ ਮੈਂ ਸੌਖਾ ਕੇ ਕਹਿੰਦਾ ਹਾਂ ਕਿ ਸਰਕਾਰ ਬਣਨ ਤੇ ਅਸੀਂ ਭਾਈਚਾਰੇ ਦੇ ਇੱਕ ਇੱਕ ਬੱਚੇ ਨੂੰ ਚੰਗੀ ਸਿੱਖਿਆ ਦਵਾਂਗੇ ਜਿਵੇਂ ਅਮੀਰਾਂ ਦੇ ਬੱਚਿਆਂ ਨੂੰ ਮਿਲਦੀ ਹੈ ਬਾਕੀ ਪਾਰਟੀਆਂ ਜਿਹੜੇ ਮਰਜ਼ੀ ਵਾਅਦੇ ਕਰਨ ਪਰ ਕਿਸੇ ਨੇ ਵੀ ਇਹ ਨਹੀਂ ਕਿਹਾ ਹੋਣਾ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਦਵਾਂਗੇ ਅਸੀਂ ਇੱਕ ਪੀੜ੍ਹੀ ਨੂੰ ਚੰਗਿਆ ਸਿੱਖਿਆ ਦੇ ਦਿੱਤੀ ਤਾਂ ਸਾਰੇ ਸਮਾਜ ਦੀ ਗਰੀਬੀ ਦੂਰ ਹੋ ਜਾਵੇਗੀ ਸਾਰਾ ਸਮਾਜ ਇੱਕ ਦੂਜੇ ਦੇ ਨਾਲ ਮੋਢਾ ਲਾ ਕੇ ਖੜਾ ਹੋ ਜਾਵੇਗਾ ਸਿੱਖਿਆ ਬਹੁਤ ਜ਼ਰੂਰੀ ਹੈ ਇਹ ਸਿੱਖਿਆ ਸਭ ਦੇ ਨਾਲ ਹੀ ਹੋਵੇਗੀ ਉਹਨਾਂ ਨੇ ਕਿਹਾ ਜਦੋਂ ਤੱਕ ਅਸੀਂ ਸੰਤ ਸਮਾਜ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸ਼ਰਾਇਨ ਬੋਰਡ ਪੰਗ ਕਰਕੇ ਸਮਾਜ ਨੂੰ ਉਹ ਪਵਿੱਤਰ ਅਸਥਾਨ ਚਲਾਉਣ ਦੀ ਇਜਾਜ਼ਤ ਨਹੀਂ ਪਰ ਸਾਡੀ ਸਰਕਾਰ ਆਉਣ ਤੇ ਅਸੀਂ ਦੁਬਾਰਾ ਉਹ ਸ਼ੁਰੂ ਕਰਾਂਗੇ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਦੇ ਵਿੱਚ ਚੋਣਾਂ ਤੋਂ ਪਹਿਲਾਂ ਕਰੋਨਾ ਦੀ ਤੀਜੀ ਲਹਿਰ ਦਾ ਖਤਰਾ ਦੂਜੇ ਉਮੀਕਰਣ ਮਰੀਜ਼ ਦੂਜਾ ਉਮੀਕਰਣ ਮਰੀਜ਼ ਮਿਲਿਆ ਇੱਕ ਦੀ ਮੌਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੇ ਵਿੱਚ ਖਤਰਾ ਕੋਰੋਨਾ ਦਾ ਵੱਧ ਗਿਆ ਸੂਬੇ ਦੇ ਵਿੱਚ ਦੂਜਾ ਉਮੀਕਰਣ ਮਰੀਜ਼ ਮਿਲਿਆ ਜੋ ਇੱਕ ਔਰਤ ਹੈ ਤੇ ਉਹ ਜਲੰਧਰ ਦੇ ਨਕੋਦਰ ਸ਼ਹਿਰ ਦੀ ਰਹਿਣ ਵਾਲੀ ਹੈ ਤੇ ਉਹ ਬੁਆ 42 ਸਾਲਾ ਔਰਤ 22 ਦਸੰਬਰ ਨੂੰ ਤੰਜ਼ਾਨੀਆ ਤੋਂ ਦਿੱਲੀ ਆਈ ਸੀ 에ਰਪੋਰਟ ਤੇ ਜਾਂਚ ਤੋਂ ਬਾਅਦ ਉਹ ਕੋਰੋਨਾ ਪੋਜ਼ਿਟਿਵ ਆਈ ਆ ਵਿਧਾਨ ਸਭਾ ਉਧਰੋਂ ਚੋਣਾਂ ਨੇੜੇ ਹਨ ਤੇ ਤਨ ਜਾਨੀਆਂ ਤੋਂ ਦਿੱਲੀ ਆਈ ਔਰਤ ਸ਼ੁੱਕਰਵਾਰ ਨੂੰ ਹੀ ਓਮਿਕਰੋਨ ਪੋਜ਼ਿਟਿਵ ਪਾਈ ਗਈ ਹੈ ਉਸ ਤੋਂ ਬਾਅਦ ਉਸ ਦੀ ਜਾਂਚ ਰਿਪੋਰਟ ਕਰੋਨਾ 네ਗਟਿਵ ਆਉਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਰੋਨਾ ਕੇਸ ਜਿਹੜੇ ਨਿਕਲ ਕੇ ਸਾਹਮਣੇ ਆ ਰਹੇ ਹਨ ਪੰਜਾਬੀ ਮਾਂ ਬੋਲੀ ਅਤੇ ਇੱਕ ਹੋਰ ਹਮਲਾ ਹੁਣ ਆਰਮੀ ਪਬਲਿਕ ਸਕੂਲਾਂ ਚ ਮਾਂ ਬੋਲੀ ਦੀ ਬਲੀ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਵੱਲੋਂ ਜਾਰੀ ਪੱਤਰ ਅਨੁਸਾਰ ਹੁਣ ਆਰਮੀ ਪਬਲਿਕ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਖੇਤਰੀ ਭਾਸ਼ਾਵਾਂ ਦੀ ਪੜਾਈ ਨਹੀਂ ਕਰਵਾਈ ਜਾਵੇਗੀ ਇਸ ਦੇ ਨਾਲ ਪੰਜਾਬ ਦੇ ਆਰਮੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀ ਮਾਬੂਲੀ ਨਾਲੋਂ ਟੁੱਟ ਜਾਣਗੇ ਸੁਸਾਇਟੀ ਨੇ ਇਹ ਪੱਤਰ ਜਾਰੀ ਕੀਤਾ ਕਿ ਹੁਣ ਆਰਮੀ ਸਕੂਲਾਂ ਚ ਕੇਵਲ ਹਿੰਦੀ ਅੰਗਰੇਜ਼ੀ ਅਤੇ ਸੰਸਕ੍ਰਿਤ ਭਾਸ਼ਾ ਹੀ ਪੜਾਈ ਜਾਵੇਗੀ ਕਿਸੇ ਵੀ ਪ੍ਰਦੇਸ਼ ਦੇ ਸਕੂਲ ਵਿੱਚ ਉਸ ਦੀ ਖੇਤਰੀ ਭਾਸ਼ਾ ਨਹੀਂ ਪੜਾਈ ਜਾਵੇਗੀ ਪੱਤਰ ਵਿੱਚ ਕਿਹਾ ਕਿ ਸਾਰੇ ਆਰਮੀ ਸਕੂਲਾਂ ਦੇ ਵਿੱਚ ਸਬੰਧਤ ਪ੍ਰਦੇਸ਼ ਦੀ ਖੇਤਰੀ ਭਾਸ਼ਾ ਪੜਾਉਣੀ ਸੰਭਵ ਨਹੀਂ ਇਹ ਵੀ ਕਿਹਾ ਗਿਆ ਕਿ ਜੇਕਰ ਕੋਈ ਵਿਦਿਆਰਥੀ ਖੇਤਰੀ ਭਾਸ਼ਾ ਪੜਨ ਦਾ ਇੱਛਾ ਗਤ ਹੋ ਉਹ ਆਪਣੇ ਤੌਰ ਤੇ ਉਸ ਦੀ ਪੜਾਈ ਕਰ ਸਕਦਾ ਹੈ ਇਸ ਲਈ ਸਕੂਲ ਵੱਲੋਂ ਅਧਿਆਪਕ ਮੁਹੱਈਆ ਨਹੀਂ ਕਰਵਾਇਆ ਜਾਵੇਗਾ ਪੰਜਾਬ ਦੇ ਨਿੱਜੀ ਸਕੂਲਾਂ ਦੇ ਵਿੱਚ ਪੰਜਾਬੀ ਦਾ ਮਿਆਰ ਡਿੱਗਦਾ ਜਾ ਰਿਹਾ ਹੈ ਥੋੜ੍ਹ ਤੱਕ ਵੀ ਹੁਕਮ ਨੇ ਕਿ ਜੇਕਰ ਕੋਈ ਵਿਦਿਆਰਥੀ ਸਕੂਲ ਦੇ ਅੰਦਰ ਪੰਜਾਬੀ ਭਾਸ਼ਾ 'ਚ ਗੱਲ ਕਰੇਗਾ ਤਾਂ ਉਸ ਨੂੰ ਜੁਰਮਾਨਾ ਲਾਇਆ ਜਾਵੇਗਾ ਪਰ ਹੁਣ ਸਰਕਾਰਾਂ ਦੇ ਆਰਮੀ ਸਕੂਲਾਂ ਦੇ ਖੇਤਰੀ ਭਾਸ਼ਾ ਨਾ ਪੜਵਾਉਣ ਦੇ ਫਰਮਾਨ ਦੇ ਬਾਅਦ ਸਕੂਲਾਂ ਦੇ ਵਿੱਚ ਪੜਨ ਵਾਲੇ ਬੱਚੇ ਆਪਣੀ ਮਾਂ ਬੋਲੀ ਤੋਂ ਵਾਂਝੇ ਰਹਿ ਜਾਣਗੇ ਪੈਂਟ ਗਿੱਲੀ ਵਾਲੇ ਬਿਆਨ ਤੇ ਮੁੱਖ ਮੰਤਰੀ ਚੰਨੀ ਨੇ ਨਵਜੋਤ ਸਿੱਧੂ ਤੇ ਕੱਸਿਆ ਤੰਜ ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਨਵਜੋਤ ਸਿੱਧੂ ਦਾ ਨਾਮ ਲਏ ਬਿਨਾ ਤੰਜ ਕੱਸਿਆ ਪੁਲਿਸ ਦੇ ਕਰਮੀਆਂ ਦੇ ਮੁਖਾਤਬ ਹੋਏ ਇਸ ਦੌਰਾਨ ਉਹਨਾਂ ਨੇ ਪੁਲਿਸ ਕਰਮੀਆਂ ਦੀ ਖੂਬ ਤਾਰੀਫ ਕੀਤੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਹਾਲੀ ਦੇ ਵਿੱਚ ਪਾਰਟੀ ਦੇ ਕੁਝ ਜਗਵਾਆਂ ਦੀ ਤਾਰੀਫ ਕਰਦੇ ਹੋਏ ਕਿਹਾ ਸੀ ਕਿ ਉਹ ਪੁਲਸ ਕਰਮੀਆਂ ਤੱਕ ਦੀ ਪੈਂਟ ਗੱਲੀ ਕਰ ਦਿੰਦੇ ਨੇ ਉਹਨਾਂ ਨੇ ਕਿਹਾ ਜੀ ਮੇਰਾ ਬਿਆਨ ਗਲਤ ਤਰੀਕੇ ਦੇ ਨਾਲ ਪੇਸ਼ ਜਿਹੜਾ ਕੀਤਾ ਗਿਆ ਹੈ ਸੀਐਮ ਚੰਨੀ ਦਾ ਰਾਜਪਾਲ ਤੇ ਵੱਡਾ ਇਲਜ਼ਾਮ ਬੀਜੇਪੀ ਦੇ ਦਬਾਅ ਹੇਠਾਂ ਕਰ ਰਿਹਾ ਅਜਿਹਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸਰਕਾਰ ਨੂੰ 100 ਦਿਨ ਪੂਰੇ ਹੋ ਗਏ ਹਨ ਇਸ ਮੌਕੇ ਮੁੱਖ ਮੰਤਰੀ ਦੀ ਮੀਡੀਆ ਦੇ ਰੂਪਾਰੂ ਹੋਏ ਤੇ ਰਾਜਪਾਲ ਤੇ ਵੱਡੇ ਇਲਜ਼ਾਮ ਲਾ ਦਿੱਤੇ ਚੰਨੀ ਨੇ ਕਿ ਰਾਜਪਾਲ ਬੀਜੇਪੀ ਦੇ ਇਸ਼ਾਰਿਆਂ ਤੇ ਕੰਮ ਕਰ ਰਿਹਾ ਹੈ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਹ 36000 ਠੇਕਾ ਮੁਲਾਜ਼ਮਾਂ ਨੂੰ ਪੱਕਾ ਕੀਤਾ ਪਰ ਰਾਜਪਾਲ ਨੇ ਫਾਈਲ ਰੋਕੀ ਹੋਈ ਹੈ ਚੰਨੀ ਨੇ ਕਿਹਾ ਜੀ ਸੋਮਵਾਰ ਨੂੰ ਸਾਰੇ ਮੰਤਰੀਆਂ ਨਾਲ ਜਾ ਕੇ ਮੁਲਾਕਾਤ ਕਰਨਗੇ ਮੁੱਖ ਮੰਤਰੀ ਨੇ ਕਿਹਾ ਕਿ ਬੀਜੇਪੀ ਦੇ ਦਬਾਅ ਹੇਠਾ ਰਾਜਪਾਲ ਫਾਈਲ ਨੂੰ ਰੋਕ ਕੇ ਬੈਠਿਆ ਨਰਾਜ ਭਵਨ ਤੋਂ ਫਾਈਲ ਨੂੰ ਮਨਜ਼ੂਰੀ ਨਹੀਂ ਮਿਲ ਰਹੀ ਵੱਡੀ ਖਬਰ ਹੈ ਜੀ ਕੇਸਰੀਵਾਲ ਅਤੇ ਰਾਗਵ ਚੱਡਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਲਾਲੀ ਮਜੀਠੀਆ ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ 2022 ਨੇੜੇ ਆ ਰਹੀਆਂ ਹਨ ਨਵੇਂ ਹੀ ਪਾਰਟੀਆਂ ਚ ਹਲਚਲ ਜ਼ਿਆਦਾ ਹੋ ਗਈ ਹੈ ਰਾਜਨੀਤੀ ਜੋ ਆਪਣਾ ਭਵਿੱਖ ਬਣਾਉਣ ਦੇ ਲਈ ਹਰ ਕੋਈ ਪੁਰਾਣੀ ਪਾਰਟੀਆਂ ਨੂੰ ਛੱਡ ਕੇ ਨਵੀਆਂ ਸਿਆਸੀ ਪਾਰਟੀਆਂ ਨੂੰ ਸ਼ਾਮਲ ਹੋ ਰਿਹਾ ਇਸ ਦਰਮਿਆਨ ਅੱਜ ਕੇਸਰੀਵਾਲ ਅਤੇ ਰਾਗਵ ਚੱਡਾ ਦੀ ਅਗਵਾਈ ਵਿੱਚ ਸੁਖਜਿੰਦਰ ਲਾਲ ਸਿੰਘ ਲਾਲੀ ਮਜੀਠੀਆ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਜਿਕਰ ਜੋਗ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਨੂੰ ਮਜੀਠਾ ਹਲਕੇ ਤੋਂ ਕਾਂਗਰਸ ਪਾਰਟੀ ਦਾ ਸਭ ਤੋਂ ਵੱਡਾ ਚਿਹਰਾ ਮੰਨਿਆ ਜਾਂਦਾ ਸੀ ਤੇ ਅਮਰਸਰ ਦੇ ਇੱਕ ਨਿੱਜੀ ਹੋਟਲ ਵਿੱਚ ਆਮ ਆਦਮੀ ਪਾਰਟੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਆਮ ਆਦਮੀ ਦੀ ਪਾਰਟੀ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਅਤੇ ਸੈਨ ਇੰਚਾਰਜ ਰਾਗਵ ਚੱਡਾ ਦੀ ਮੌਜੂਦਗੀ 'ਚ ਲਾਲੀ ਮਜੀਠੀਆ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਸਿੱਧੂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰ ਰਹੀ ਮਹਿਲਾ ਤੇ ਸੁਰੱਖਿਆ ਕਰਮਚਾਰੀਆਂ ਨੇ ਚੜਾਈ ਗੱਡੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਦਰਨ ਨਵਜੋਤ ਸਿੱਧੂ ਦੇ ਰਹਿਸ਼ਤੇ ਬਾਹਰ ਧਰਨਾ ਦੇ ਰਹੀਆਂ ਠੇਕਾ ਆਧਾਰਿਤ ਮਹਿਲਾ ਸੇਧ ਕਰਮਚਾਰੀਆਂ ਤੇ ਸਿੱਧੂ ਦੇ ਸੁਰੱਖਿਆ ਕਰਮਚਾਰੀਆਂ ਵੱਲੋਂ ਗੱਡੀ ਚੜਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜ਼ਖਮੀ ਮਹਿਲਾ ਮੁਲਾਜ਼ਮ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਐਮਰਜੈਂਸੀ ਕਮਰੇ ਚੋਂ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਕੜਨਾ ਤੋਂ ਬਾਅਦ ਮੁਲਾਜ਼ਮਾਂ ਚ ਉਪਾਰੀ ਰੋਸਾ ਤੇ ਵੱਡੀ ਗਿਣਤੀ ਚ ਮੁਲਾਜ਼ਮ ਸਿੱਧੂ ਦੇ ਘਰ ਦੇ ਬਾਹਰ ਪਹੁੰਚੇ ਹਨ ਯੂਨੀਅਨ ਦੀ ਪ੍ਰਧਾਨ ਸਰਬਜੀਤ ਕੌਰ ਨੇ ਕਿਹਾ ਕਿ ਉਹ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਨਵਜੋਤ ਸਿੱਧੂ ਦੇ ਘਰ ਦੇ ਬਾਹਰ ਤਰਨਾ ਦੇ ਰਹੇ ਸਨ ਇਸ ਦੌਰਾਨ ਸਿੱਧੂ ਦੇ ਕਾਫਲੇ ਨੇ ਉਨ੍ਹਾਂ ਦੀ ਮਹਿਲਾ ਵਰਕਰ ਤੇ ਕਾਰ ਚੜਾ ਦਿੱਤੀ ਜਿਸ ਕਰਕੇ ਉਹ ਗੰਭੀਰ ਰੂਪ ਦੇ ਵਿੱਚ 10 ਜ਼ਖਮੀ ਹੋ ਗਈ ਹੈ ਮੂਸੇਵਾਲ ਦੀ ਉਮੀਦਵਾਰੀ ਚੋਰ ਤੇ ਸੋਟੀ ਤੇ ਜਾਨੂ ਮੈਂ ਤੇ ਬਾਪੂ ਕੱਲੇ ਸੋ ਮੂਸੇਵਾਲ ਦੀ ਉਮੀਦਵਾਰੀ ਆ ਜੀ ਚੋਰ ਤੇ ਸੋਟੀ ਦੋ ਜਣੇ ਮੈਂ ਤੇ ਬਾਪੂ ਕੱਲੇ ਸੋ ਪੰਜਾਬ ਦੀ ਕਾਂਗਰਸੀ ਲੀਡਰਸ਼ਿਪ ਵੱਲੋਂ ਕਾਂਗਰਸ ਵਿੱਚ ਸ਼ਾਮਲ ਹੋਏ ਮੂਸੇਵਾਲਾ ਨੂੰ ਤਰਜੀਹ ਦੇਣ ਤੋਂ ਪੜਕੇ ਟਕਸਾਲੀ ਕਾਂਗਰਸੀਆਂ ਨੇ ਮੂਸੇਵਾਲ ਦੇ ਖਿਲਾਫ ਝੰਡਾ ਚੁੱਕ ਲਿਆ ਬੇਸ਼ੱਕ ਪਾਰਟੀ 'ਚ ਹੁੰਦਿਆ ਕਾਂਗਰਸੀਆਂ ਚ ਆਪਸ ਵਿੱਚ ਵਖਰੇਵੇਂ ਹੋਣ ਪਰ ਮੂਸੇਵਾਲਾ ਦੇ ਖਿਲਾਫ ਕਾਂਗਰਸੀ ਨੇਤਾ ਇੱਕ ਮੋਰੀ ਨਿਕਲ ਗਏ ਹਨ ਕਾਂਗਰਸੀ ਆਗੂਆਂ ਨੇ ਪੈਂਤੜੇ ਦੇ ਮਾਨਸਾ ਦੀ ਸਿਆਸਤ ਨੂੰ ਮੁੜ ਗਰਮਾ ਦਿੱਤਾ ਹੁਣ ਮਾਨਸਾ ਜੋ ਕਾਂਗਰਸੀ ਆਗੂ ਇੱਕ ਪਾਸੇ ਹਨ ਜਦੋਂ ਕਿ ਦੂਜੇ ਪਾਸੇ ਮੂਸੇਵਾਲਾ ਤੇ ਕਾਂਗਰਸ ਦੀ ਸਭ ਲੀਡਰਸ਼ਿਪ ਹੈ ਮੂਸੇਵਾਲ ਦੇ ਖਿਲਾਫ ਮੁਹਿਮਮਰ ਹੂਮ ਸ਼ੇਰ ਸਿੰਘ ਗਾਗੋਵਾਲ ਦੇ ਪਰਿਵਾਰ ਨੇ ਛੇੜੀ ਆ ਗਾਗੋਵਾਲ ਦਾ ਸਿਆਸੀ ਹਲਕਿਆਂ ਚ ਵੱਡਾ ਨਾਮ ਸਨਮਾਨ ਹੈ ਤੇ ਜਿਨ੍ਹਾਂ ਨੂੰ ਖੁਦ ਮੰਤਰੀ ਬਣਨ ਦੀ ਤਾਂ ਮਾਨਸਾ ਨੂੰ ਜ਼ਿਲ੍ਹਾ ਬਣਾਉਂ ਚ ਅਹਿਮ ਭੂਮਿਕਾ ਨਿਭਾਈ ਸੀ ਗਾਗੋਵਾਲ ਦੀ ਸਿਆਸਤ ਸਿਆਸੀ ਵਿਰਾਸਤ ਨੂੰ ਗੁਰਪ੍ਰੀਤ ਕੌਰ ਗਾਗੋਵਾਲ ਅਤੇ ਪੁੱਤਰ ਅਰਸ਼ਦੀਪ ਸਿੰਘ ਉਰਫ ਮਾਈਕਲ ਗਾਗੋਵਾਲ ਸੰਭਾਲ ਰਹੇ ਹਨ ਗਾਗੋਵਾਲ ਪਰਿਵਾਰ ਨੇ ਸ਼ੁੱਕਰਵਾਰ ਨੂੰ ਮਾਨਸਾ ਦੇ ਵਿੱਚ ਆਪਣਾ ਦਿਖਾਵਾ ਤਾਕਤ ਦਾ ਕੀਤਾ ਤੇ ਮੂਸੇ ਖਿਲਾਫ ਆਲ ਦੇ ਖਿਲਾਫ ਲੜਾਈ ਦਾ ਬਿਗਲ ਵਜਾਇਆ ਵੱਡੀ ਗੱਲ ਇਹ ਆ ਕਿ ਠੰਡ ਦੇ باوجود ਇਸ ਸ਼ਕਤੀ ਪ੍ਰਦਰਸ਼ਨ ਨੂੰ ਪਿੰਡਾਂ ਤੋਂ ਲੋਕ ਵਹਿਰਾ ਕਰਦ ਕੇ ਪੁੱਜੇ ਮਾਨਸਾ ਦੀ ਅਨਾਜ ਮੰਡੀਤਾ ਵਿੱਚ ਦੂਰ ਦੂਰ ਤੱਕ ਸਿਰਾਂ ਤੇ ਸਮੁੰਦਰ ਦਿਖਾਈ ਦੇ ਰਹੇ ਸੀ ਸਿੱਧੂ ਦੇ ਵਿਰੋਧ ਅੱਗੇ ਝੁਕੇਗੀ ਕਾਂਗਰਸ ਜਾਂ ਸਿੱਧੂ ਆਪ ਚ ਹੋਣਗੇ ਸ਼ਾਮਲ ਸੋ ਇਹ ਵੀ ਵੱਡੀ ਖਬਰ ਹੈ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਆਮੋ ਸਾਹਮਣੇ ਤੇ ਗਿਣੀ ਮਿਥੀ ਸਾਜਸ਼ ਅ ਦੇ ਵਿੱਚ ਹਿੱਸੇਦਾਰੀ ਨੂੰ ਦੇਖ ਰਹੀਆਂ ਹਨ ਜਿੱਥੇ ਸਾਰੀਆਂ ਪਾਰਟੀਆਂ ਪੰਜਾਬ ਚੋਂ ਸੱਤਾ ਚੁਆਉਣ ਲਈ ਪੂਰੀ ਬਾਹ ਲਾ ਰਹੀਆਂ ਹਨ ਉੱਥੇ ਹੀ ਕਾਂਗਰਸ ਸੱਤਾ ਚੋਂ ਆਪਸੀ ਲਈ ਆਪਣਾ ਗਣਤ ਦੇਖ ਰਹੀ ਹੈ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਆਪੋ ਆਪਣੇ ਪੱਧਰ ਤੇ ਗਿਣੀ ਮਿਥੀ ਹਿੱਸੇਦਾਰੀ ਦੇਖ ਰਹੀਆਂ ਹਨ ਸੱਤਾਧਾਰੀ ਕਾਂਗਰਸ ਪਾਰਟੀ ਲਈ ਰਾਹ ਬਹੁਤ ਚੁਣੌਤੀ ਭਰਪੂਰ ਹੈ ਕਾਂਗਰਸ ਦੇ ਜਿੰਨੇ ਵੱਡੇ ਨੇਤਾ ਹਨ ਉਹਨਾਂ ਦੇ ਦਾਅਵੇ ਮਜ਼ਬੂਤ ਹੁੰਦੇ ਜਾ ਰਹੇ ਹਨ ਜਿਨ੍ਹਾਂ ਚੋਂ ਪ੍ਰਧਾਨ ਨਵਜੋਤ ਸਿੱਧੂ ਚਰਨਜੀਤ ਸਿੰਘ ਚੰਨੀ ਸੁਨੀਲ ਜਾਖੜ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਦਾਵਾ ਆਦ ਸ਼ਾਮਲ ਹਨ ਸੋ ਸਿੱਧੂ ਆਪ ਦੇ ਵਿੱਚ ਜਾ ਸਕਦੇ ਨੇ ਜਾਂ ਫਿਰ ਕਾਂਗਰਸ ਸਿੱਧੂ ਦੇ ਅੱਗੇ ਝੁਕ ਜਾਵੇਗੀ ਜਾਣਨ ਦੇ ਲਈ ਚੈਨਲ ਤੇ ਪਾਈ ਹੋਈ ਸ਼ਾਰਟ ਵੀਡੀਓ ਦੇਖ ਸਕਦੇ ਹੋ ਦੋ ਮੌਜੂਦਾ ਵਿਧਾਇਕਾਂ ਵੱਲੋਂ ਕਾਂਗਰਸ ਛੱਡਣ ਤੇ ਕੈਬਨਿਟ ਮੰਤਰੀ ਭਾਰਤ ਪੂਸ਼ਨਾ ਆਸ਼ੂ ਨੇ ਦਿੱਤਾ ਵੱਡਾ ਬਿਆਨ ਉਸ ਨੇ ਕਿਹਾ ਕਿ ਇਹਨਾਂ ਵਿਧਾਇਕਾਂ ਦੇ ਟਿਕਟ ਤੇ ਕੱਟੀ ਜਾ ਰਹੀ ਹੈ ਉਹ ਪਾਰਟੀ ਛੱਡ ਕੇ ਜਾ ਰਹੇ ਹਨ ਪਾਰਟੀ ਦੇ ਨੁਕਸਾਨ ਬਾਰੇ ਪੁੱਛਣ ਤੇ ਉਹਨਾਂ ਨੇ ਕਿਹਾ ਜੀ ਫਾਤੇ ਜੰਗ ਬਾਜਵਾ ਆਪਣੇ ਪ੍ਰਾਦਾ ਹੀ ਕਾਦੀਆਂ ਤੋਂ ਲੜ ਰਹੇ ਹਨ ਉਹਨਾਂ ਨੇ ਕਿਹਾ ਜੀ ਬਾਜਵਾ ਪਰਿਵਾਰ ਪਹਿਲਾਂ ਹੀ ਕਲੇਸ਼ ਨਵੇੜ ਲੈਣ ਫਿਰ ਪਾਰਟੀ ਦੀ ਗੱਲ ਕਰਨ ਗੁਰਜੀਤ ਰਾਣਾ ਬਾਰੇ ਪੁੱਛਣ ਤੇ ਉਹਨਾਂ ਨੇ ਕਿਹਾ ਕਿ ਰਾਣਾ ਗੁਰਜੀਤ ਨਾ ਹੀ ਆਜ਼ਾਦ ਚੋਣ ਲੜਨ ਦੀ ਗੱਲ ਕਰ ਰਹੇ ਹਨ ਤੇ ਨਾ ਹੀ ਉਹਨਾਂ ਦੀ ਟਿਕਟ ਕੱਟੀ ਜਾ ਰਹੀ ਹੈ ਪੰਜਾਬ ਚੋਂ ਚੋਣਾ ਮੀਟਿੰਗਾਂ ਤੇ ਹਮਲੇ ਕਰਵਾਉਣ ਦੀ ਤਾਕ ਤੁਸੀਂ ਐਸਐਫ ਦੇ ਸੁਖਵੀਰ ਦੀ ਰੈਲੀ ਚ ਨਜ਼ਰ ਆਇਆ ਸੀ ਲੁਧਿਆਣਾ ਬੰਬ ਧਮਾਕਿਆਂ ਦਾ ਮਾਸਟਰਮਾਈਂਡ ਗਗਨਦੀਪ ਕੋਡ ਕੰਪਲੈਕਸ ਦੇ ਵਿੱਚ ਹੋਏ ਬੰਬ ਧਮਾਕਿਆਂ 'ਚੋਂ ਨਵੇਂ ਖੁਲਾਸੇ ਹੋ ਰਹੇ ਹਨ ਦੱਸਿਆ ਜਾ ਰਿਹਾ ਕਿ ਲੁਧਿਆਣਾ ਬੰਬ ਧਮਾਕੇ ਦੇ ਮਾਸਟਰਮਾਈਂਡ ਗਗਨਦੀਪ ਸਿੰਘ ਸ਼ਰੀਮੀਨ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੀ ਖੰਨਾ ਰੈਲੀ ਤੋਂ ਪਹਿਲਾਂ ਜੀਬੀਟੀ ਮਾਰਕੀਟ ਵਿੱਚ ਨਜ਼ਰ ਆਇਆ ਸੀ ਰੈਲੀ 4 ਦਸੰਬਰ 2021 ਨੂੰ ਅਜੋਜਿਤ ਕੀਤੀ ਗਈ ਹੈ ਰੈਲੀ ਦੇ ਦੌਰਾਨ ਗਗਨਦੀਪ ਦੀ ਮਹਿਲਾ ਮਿੱਤਰ ਕਾਂਸਟੇਬਲ ਕਮਲਜੀਤ ਕੌਰ ਵੀ ਡਿਊਟੀ ਤੇ ਸੀ ਗਗਨਦੀਪ ਨੂੰ ਕੋਈ ਹੋਰ ਪੁਲਿਸ ਮੁਲਾਜ਼ਮਾ ਦੇ ਨਾਲ ਗੱਲਾਂ ਕਰਦੇ ਦੇਖਿਆ ਗਿਆ ਖੁਲਾਸੇ ਤੋਂ ਬਾਅਦ ਪੰਜਾਬ ਪੁਲਿਸ ਨੂੰ ਵੀਆਪੀ ਸੁਰੱਖਿਆ ਨੂੰ ਲੈ ਕੇ ਹੋਰ ਸਖਤੀ ਕਰਨੀ ਚਾਹੀਦੀ ਹੈ ਐਫਆਈਆਰ ਦੇ ਵਿੱਚ ਨਾਮ ਸ਼ਾਮਲ ਕੀਤਾ ਜਾ ਸਕਦਾ ਹੈ 2 ਦਿਨ ਪਹਿਲਾਂ ਗਗਨਦੀਪ ਦੇ ਨਾਲ ਇੱਕ ਹੋਟਲ 'ਚ ਰੁਕੀ ਕਮਲਜੀਤ ਕੌਰ ਦਾ ਨਾਮ ਐਫ ਆਈ ਆਰ ਦੇ ਵਿੱਚ ਸ਼ਾਮਲ ਹੋ ਸਕਦਾ ਜੇਕਰ ਅਜਿਹਾ ਹੁੰਦਾ ਤਾਂ ਉਸ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਪਰ ਉਸ ਦੀ ਹਾਲੇ ਤੱਕ ਗ੍ਰਿਫਤਾਰੀ ਨਹੀਂ ਹੋਈ ਹੈ ਪੰਜਾਬ 'ਚ ਅਗਲੇ 2 ਦਿਨ ਪਵੇਗੀ ਕਿੜਾਕੇ ਦੀ ਠੰਡ بارش ਦੇ ਨਾਲ ਬਦਲੇਗਾ ਮੌਸਮ ਦਾ ਮੂਜਾਜ ਨਵੇਂ ਸਾਲ ਦੇ ਪਹਿਲੇ ਹਫਤੇ 'ਚ ਪੱਛਮੀ ਉੱਤਰ ਭਾਰਤ ਦੇ ਪੂਰਬ ਅਤੇ ਮੱਧ ਭਾਰਤ ਤੱਕ ਦੇ ਸਾਰੇ ਇਲਾਕਿਆਂ 'ਚ ਠੰਡ ਲਹਿਰ ਚੱਲ ਰਹੀ ਦਾ ਖਦਸਾਏ ਤਾਪਮਾਨ ਦੇ ਵਿੱਚ ਗਰਾਵਟ 2-3 ਜਨਵਰੀ ਤੱਕ ਜਾਰੀ ਰਹੇਗੀ ਸ਼ੁੱਕਰਵਾਰ ਨੂੰ ਸਾਲ ਦੇ ਆਖਰੀ ਦਿਨ ਵੀ ਪਾਰਾ ਤਕਰੀਬਨ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ 1 ਤੋਂ 6 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਹੈ। ਲੁਧਿਆਣਾ ਬੰਬ ਧਮਾਕੇ ਦੀ ਜਾਂਚ ਕਰ ਰਹੇ ਐਸਐਸਪੀ ਦਾ ਤਬਾਦਲਾ ਲੁਧਿਆਣਾ ਬਲਾਸਟ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਤਾਜ਼ਾ ਜਾਣਕਾਰੀ ਦੇ ਅਨੁਸਾਰ ਬਲਾਸਟ ਮਾਮਲੇ ਦੀ ਜਾਂਚ ਕਰ ਰਿਹਾ ਐਸਐਸਪੀ ਬਲਵਿੰਦਰ ਸਿੰਘ ਦਾ ਪੰਜਾਬ ਸਰਕਾਰ ਵੱਲੋਂ ਹੀ ਤਬਾਦਲਾ ਕਰ ਦਿੱਤਾ ਗਿਆ। ਪੰਜਾਬ ਸਰਕਾਰ ਨੇ 19 ਐਸਐਸਪੀ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਹਨਾਂ ਅਧਿਕਾਰੀਆਂ ਵਿੱਚ ਖੰਨਾ ਦੇ ਐਸਐਸਪੀ ਵੀ ਸ਼ਾਮਲ ਹਨ। ਕਿਸਾਨ ਜਥੇਬੰਦੀ ਦਾ ਐਲਾਨ 5 ਜਨਵਰੀ ਨੂੰ ਫਿਰੋਜ਼ਪੁਰ ਤੋਂ ਨਹੀਂ ਹੋਣ ਦਿੱਤੀ ਜਾਵੇਗੀ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ। ਕਿਸਾਨ ਮਜ਼ਦੂਰ ਜਥੇਬੰਦੀ 5 ਜਨਵਰੀ ਨੂੰ ਫਿਰੋਜ਼ਪੁਰ ਤੋਂ ਪ੍ਰਸਤਾਵਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਨਹੀਂ ਹੋਣ ਦਿੱਤੀ ਜਾਵੇਗੀ ਇਸ ਗੱਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਣ ਸਿੰਘ ਬੰਦੇਰ ਨੇ ਸੂਬਾ ਕਮੇਟੀ ਦੇ ਦਫਤਰ ਸ਼ਹੀਦ ਅੰਗਰੇਜ਼ ਸਿੰਘ ਬਾਕੀਪੁਰ ਯਾਦੀ ਭਵਨ ਵਿਖੇ ਸ਼ੁੱਕਰਵਾਰ ਸ਼ਾਮ ਨੂੰ ਹੋਈ ਮੀਟਿੰਗ ਉਪਰੰਤ ਪ੍ਰੈਸ ਬਿਆਨ ਜਾਰੀ ਕਰਦੇ ਕਿਹਾ ਉਹਨਾਂ ਨੇ ਕਿਹਾ ਜੀ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਮੀਟਿੰਗ ਦਾ ਫੈਸਲਾ ਲਿਆ ਗਿਆ ਹੈ ਕਿ 5 ਜਨਵਰੀ ਨੂੰ ਫਿਰੋਜ਼ਪੁਰ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦਾ ਤਿੱਖਾ ਵਿਰੋਧ ਕਰਨਗੇ ਤੇ ਕਿਸੇ ਕੀਮਤ ਦੇ ਰੈਲੀ ਨਹੀਂ ਹੋਣ ਦੇਣਗੇ ਉਹਨਾਂ ਨੇ ਕਿਹਾ ਜੀ 4 ਜਨਵਰੀ ਨੂੰ ਹੋਣ ਵਾਲੀ ਮੀਟਿੰਗ 'ਚ ਵੀ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਹੋਣ ਤੇ 8 ਜਨਵਰੀ ਨੂੰ ਪੰਜਾਬ ਭਰ ਦੇ ਸਾਰੇ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਖਾਲਸਾ ਰਾਜ ਸਮੇਂ ਪੰਜਾਬ ਵਿੱਚ ਇੱਕ ਵੀ ਸ਼ਖਸ਼ਣ ਪੜਨੀ ਸੀ ਡਾਕਟਰ ਬਰਿੰਦਰਪਾਲ ਸਿੰਘ ਪੰਜਾਬ ਕਿਸੇ ਦੇ ਸਮੇਂ ਚੁੰਨੇ ਦੀ ਜਿਹੜੀ ਹੁੰਦਾ ਸੀ ਕਿਸੇ ਵੇਲੇ ਪੰਜਾਬ ਇੰਨਾ ਖੁਸ਼ਹਾਲ ਸੀ ਕਿ ਉਸ ਦੀ ਕੋਈ ਰੀਜ਼ ਨਹੀਂ ਕਰ ਪਾਉਂਦਾ ਸੀ ਪੰਜਾਬ ਦੇ ਸਿੱਕੇ ਦੀ ਕੀਮਤ ਇੰਗਲੈਂਡ ਵਰਤਾਲੀਆਂ ਦੇ ਨਾਲੋਂ 13 ਗੁਣਾ ਜ਼ਿਆਦਾ ਸੀ ਪੰਜਾਬ ਹੁਣ ਸਭ ਕੁਝ ਉਥੇ ਪੁਤਲ ਹੋ ਗਿਆ ਸਾਡੇ ਪੰਜਾਬ ਦੀ ਵਿਰਾਸਤ ਵਿਦਿਅਕ ਪ੍ਰਣਾਲੀ ਕਿਵੇਂ ਖਤਮ ਹੋ ਗਈ ਕਿਉਂਕਿ ਕਿਉਂ ਹੋਈ ਇਸ ਨੂੰ ਦੁਬਾਰਾ ਕਿਵੇਂ ਬਹਾਲ ਕੀਤਾ ਜਾ ਸਕਦਾ ਇਸ ਬਾਰੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰੋਫੈਸਰ ਪ੍ਰਮੁੱਖ ਭੂਮੀ ਡਾਕ ਵਿਗਿਆਨੀ ਡਾਕਟਰ ਵਿਰਿੰਦਰਪਾਲ ਨੇ ਗੱਲਬਾਤ ਦੌਰਾਨ ਕੀਤਾ ਉਹਨਾਂ ਨੇ ਦੱਸਿਆ ਕਿ ਵਿਰਾਸਤ ਵਿਦਿਅਕ ਪ੍ਰਣਾਲੀ ਨੂੰ ਲੈ ਕੇ ਵਿੱਦਿਕ ਪ੍ਰਣਾਲੀ ਆਪਣੇ ਆਪ ਦੇ ਵਿੱਚ ਤੇ ਵਿਸ਼ਵ ਦੇ ਵਿੱਚ ਸਿਰ ਕੱਢ ਵਿਦਿਕ ਪ੍ਰਣਾਲੀ ਸੀ 1809 ਚ ਜਦੋਂ ਸਭ ਤੋਂ ਪਹਿਲਾ ਅੰਮ੍ਰਿਤਸਰ ਦੀ ਸੰਧੀ ਹੋਈ ਸੀ ਉਸ ਸਮੇਂ ਈਸਟ ਇੰਡੀਆ ਨੇ ਆ ਕੇ ਖਾਲਸਾ ਦਰਬਾਰ ਲਾਹੌਰ ਦੇ ਨਾਲ ਸੰਧੀ ਬਾਰੇ ਗੱਲਬਾਤ ਕੀਤੀ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਕੰਮ ਕਰ ਰਹੀ ਸੀ ਤੇ ਉਸ ਦਾ ਮੁਢਲਾ ਉਦੇਸ਼ ਸੀ ਅਸੀਂ ਪੰਜਾਬ ਦੇ ਹਰ ਨਾਗਰਿਕ ਨੂੰ ਪੜਾ ਦੇਣਾ ਹੈ ਤੇ ਉਹਨਾਂ ਦਾ ਪ੍ਰਮੁੱਖ ਜਾਂਦਾ ਸੀ ਕਿ ਇਹਨਾਂ ਚ 1929 ਤੀਕ ਤੱਕ ਵੀ ਪ੍ਰਾਪਤ ਕਰ ਲਿਆ ਸੀ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਚੋਣ ਚੋਣ ਰੈਲੀ ਕੀਤੀ ਚੋਣ ਰੈਲੀ ਵਿਰੋਧੀ ਪਾਰਟੀਆਂ ਤੇ ਤਿੱਖੇ ਸ਼ਬਦੀ ਹਮਲੇ ਪੰਜਾਬ ਦੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਤਰ੍ਹਾਂ ਦੇ ਵੱਲੋਂ ਜੋਸ਼ ਖਰੋਸ਼ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਇਸ ਦੇ ਚੱਲਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਿਰਮੌਰ ਆਗੂ ਪ੍ਰਕਾਸ਼ ਸਿੰਘ ਬਾਦਲ ਅੱਜ ਲੰਬੀ ਪਹੁੰਚੇ ਚੋਣ ਰੈਲੀ ਦੇ ਦੌਰਾਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਬਠਿੰਡਾ ਦੀ ਰੈਲੀ ਕੇਂਦਰੀ ਰੈਲੀ ਦੇ ਵਿੱਚ ਕੇਂਦਰੀ ਬੀਤੇ ਦਿਨੀ ਗੈਂਗਸਟਰਾਂ ਵੱਲੋਂ ਕੀਤੇ ਹਮਲੇ ਦੇ ਸਬੰਧੀ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਰਾਜ ਵਿੱਚ ਹਰ ਕੰਮ ਗਲਤ ਹੋ ਸਕਦਾ ਉਹਨਾਂ ਨੇ ਕਿਹਾ ਜੇਕਰ ਸ੍ਰੀ ਚੰਮ ਹਰਮੰਦਰ ਸਾਹਿਬ ਵਿਖੇ ਬਿਆਦਬੀ ਦੀ ਕੋਸ਼ਿਸ਼ ਬੰਬਤਮਾਕੇ ਵਰਗੀਆਂ ਕੜਨਾਵਾ ਹੋ ਸਕਦੀਆਂ ਤਾਂ ਉਹਨਾਂ ਦੇ ਸਾਹਮਣੇ ਇਹ ਕੁਝ ਵੀ ਨਹੀਂ ਅਸੀਂ ਸੋਚ ਵੀ ਨਹੀਂ ਸਕਦੇ ਹੋਰ ਕੀ ਹੋ ਸਕਦਾ ਹੁਣ ਪੰਜਾਬ ਸੁਰੱਖਿਅਤ ਨਹੀਂ ਹੈ ਹੋਰ ਵੀ بڑا ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਚੈਨਲ ਤੇ ਭਾਈ ਸ਼ਾਰਟ ਵੀਡੀਓ ਚੁ ਜਾ ਕੇ ਚੈੱਕ ਕਰ ਸਕਦੇ ਹੋ ਕਿਸਾਨ ਆਗੂਆਂ ਨੇ ਚੋਣਾ ਲੜਨ ਬਾਰੇ ਟਿੱਕੇਟ ਨੇ ਕਿਹਾ ਉੱਥੋਂ ਤਾਂ ਛੁੱਟੀ ਤੇ ਆਏ ਸੀ ਹੁਣ ਕੀ ਕਹੀਏ ਕਿਸਾਨ ਆਗੂ ਰਗੇਸ਼ਟ ਕੜ ਨੇ ਕਿਹਾ ਜੀ ਉਹ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾ ਨਹੀਂ ਲੜਨਗੇ ਉਹਨਾਂ ਪੰਜਾਬ ਦੀਆਂ 22 ਜਥੇਬੰਦੀਆਂ ਵੱਲੋਂ ਚੋਣਾ ਲੜਨ ਬਾਰੇ ਕਿਹਾ ਕਿ ਉਹ ਤਾਂ ਉੱਥੋਂ ਛੁੱਟੀ ਤੇ ਆਏ ਸੀ ਹੁਣ ਛੁੱਟੀ ਤੇ ਆਿਆਂ ਦਾ ਕੋਈ ਕੀ ਕਰਦਾ ਹੈ ਇਸ ਦੀ ਜ਼ਿੰਮੇਵਾਰੀ ਤਾਂ ਉਹਨਾਂ ਦੀ ਹੀ ਉਹਨਾਂ ਦੀ ਨਹੀਂ ਉਹਨਾਂ ਨੇ ਕਿਹਾ ਜੀ ਚੋਣਾ ਲੜਨ ਵਾਲੇ ਆਗੂ ਐਮ ਐਸ ਪੀ ਕਮੇਟੀ ਦਾ ਹਿੱਸਾ ਨਹੀਂ ਰਹਿਣਗੇ ਰਕੇਸ਼ਟ ਗੜ ਨੇ ਭਾਜਪਾ ਦਾ ਚੋਣਾਂ 'ਚ ਵਿਰੋਧ ਕਰਨ ਦਾ ਵੀ ਇਸ਼ਾਰਾ ਕੀਤਾ ਉਹਨਾਂ ਨੇ ਕਿਹਾ ਜੀ ਇਸ ਦੇ ਕਮਾਂਡਰ ਕੰਮਕਾਣ ਠੀਕ ਨਹੀਂ ਹਨ ਤੇ ਕਾਂਗਰਸ ਸਰਕਾਰ ਦੇ ਨਾਲ ਇੱਕ ਸਮਝੌਤਾ ਹੋਇਆ ਸੀ ਪਰ ਅਜੇ ਤੱਕ ਸਰਕਾਰ ਨੇ ਐਮਐਸਪੀ ਕਮੇਟੀ ਬਾਰੇ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਕਿਹਾ ਜੀ ਇਹਨਾਂ ਦੀਆਂ ਰੈਲੀਆਂ ਵਿੱਚ ਕੋਈ ਜਾ ਹੀ ਨਹੀਂ ਰਿਹਾ ਖੇਤੀ ਕਾਨੂੰਨਾਂ ਦੀ ਵਾਪਸੀ ਬਾਰੇ ਉਹਨਾਂ ਨੇ ਕਿਹਾ ਜੀ ਚੋਰ ਦਰਵਾਜ਼ੇ ਉੱਤੇ ਆਇਆ ਸੀ ਪਰ ਨੁਕਸਾਨ ਹੁਣੋਂ ਬਚ ਗਿਆ ਉਹਨਾਂ ਨੇ ਕਿਹਾ ਜੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਐਮਐਸਪੀ ਉੱਤੇ ਤੱਕ ਕਮੇਟੀ ਨਹੀਂ ਬਣੀ ਗੁਰਦੁਆਰਾ ਬਾਬਾ ਚਰਨ ਦਾਸ ਵਿਖੇ ਅਧੀ ਰਾਤ ਨੂੰ ਹਥਿਆਰ ਬੰਦ ਤੇ ਹਥਿਆਰਾਂ ਦੀ ਨੌਕਤੇ ਹੋਇਆ ਕਬਜ਼ਾ ਪੀਐਮ ਮੋਦੀ ਦੀ ਰੈਲੀ ਲਈ ਪੱਬਾ ਪਾਰ ਪੰਜਾਬ ਦੇ ਭਾਜਪਾ ਲੀਡਰ 3200 ਤੋਂ ਵਧੇਰੇ ਬਸਾਂ ਦੀ ਹੋਈ ਰਜਿਸਟ੍ਰੇਸ਼ਨ ਪੰਜਾਬ ਦੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੀਜੀਆਈ ਸੈਟੇਲਾਈਟ ਪੱਤਨ ਸੈਂਟਰ ਦਾ ਨੀਂ ਪੱਥਰ ਰੱਖਣ ਦੀ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਲਈ 5 ਜਨਵਰੀ ਨੂੰ ਫਿਰੋਜ਼ਪੁਰ ਵਿਚ ਆ ਰਹੇ ਹਨ ਇਸ ਸੰਬੰਧੀ ਕੇਂਦਰੀ ਕੈਬਨਿਟ ਮੰਤਰੀ ਗਜਿੰਦਰ ਸ਼ਿਖਾਵਤ ਨੇ ਬੀਤੇ ਦਿਨੀ ਫਿਰੋਜ਼ਪੁਰ ਪਹੁੰਚ ਕੇ ਪ੍ਰਧਾਨ ਮੰਤਰੀ ਦੀ ਰੈਲੀ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਇਸ ਮੌਕੇ ਭਾਜਪਾ ਪ੍ਰਧਾਨ ਅਸ਼wini ਸ਼ਰਮਾ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਰੇਂਦਰ ਸਿੰਘ ਬੱਗੇ ਦੇ ਪਿੰਪਲ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਤੋਂ ਇਲਾਵਾ ਪੰਜਾਬ ਭਾਜਪਾ ਤੇ ਜ਼ਿਲ੍ਹਾ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਵੀ ਹਾਜ਼ਰ ਸੀ ਇਸ ਮੌਕੇ ਕੇਂਦਰੀ ਮੰਤਰੀ ਸ਼ਿਖਾਵਤ ਨੇ ਕਿਹਾ ਕਿ 5 ਜਨਵਰੀ ਨੂੰ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਕੀਤੀ ਜਾ ਰਹੀ ਫਰੂਜ਼ਪੁਰ ਦੀ ਰੈਲੀ ਇਤਿਹਾਸਕ ਵਿੱਚ ਇੱਕ ਮਿਸਾਲ ਕਾਇਮ ਕਰੇਗੀ ਉਹਨਾਂ ਨੇ ਕਿਹਾ ਜੀ 3200 ਤੋਂ ਵੱਧ ਬਸਾਂ ਫਰੂਜ਼ਪੁਰ ਆਉਣ ਦੇ ਲਈ ਰਜਿਸਟਰਡ ਹੋ ਚੁੱਕੀਆਂ ਨੇ ਜਦਕਿ ਕਈ ਹੋਰ ਵਾਣ ਵੀ ਆਉਣਗੇ ਪੀਐਮ ਮੋਦੀ ਵੱਲੋਂ ਨਵੇਂ ਸਾਲ ਤੇ ਕਿਸਾਨਾਂ ਲਈ ਕੀਤਾ ਗਿਆ ਟਵੀਟ ਕਹੀ ਵੱਡੀ ਗੱਲ ਉਹਨਾਂ ਨੇ ਕਿਹਾ ਜੀ ਅੰਦਾਤਾ ਨੂੰ ਸਮਰਪਿਤ ਹੈ ਪੀਐਮ ਮੋਦੀ ਨੇ ਅੱਜ ਕਿਸਾਨ ਸਨਮਾਨ ਦੀ ਯੋਜਨਾ ਦੀ 10ਵੀਂ ਕਿਸ਼ਤ ਵੀ ਜਾਰੀ ਕੀਤੀ ਪੀਐਮ ਮੋਦੀ ਨੇ ਟਵੀਟ ਕਰਕੇ ਕਿਹਾ ਕਿ 100 ਕਰੋੜ ਤੋਂ 10 ਕਰੋੜ ਤੋਂ ਵੱਧ ਲਾਭਪਾਤਰੀ ਕਿਸਾਨ ਪਰਿਵਾਰਾਂ ਨੂੰ 20000 ਕਰੋੜ ਰੁਪਏ ਤੋਂ ਵੱਧ ਟਰਾਂਸਫਰ 12:30 ਵਜੇ ਕੀਤੇ ਗਏ ਹਨ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਕੇਂਦਰ ਨੇ ਕਿਸਾਨਾਂ ਨੂੰ ਦਿੱਤਾ ਵਿੱਤੀ ਸਹਾਰਾ ਅਮਿਤ ਸ਼ਾਹ ਨੇ ਵੀ ਦਿੱਤਾ ਵੱਡਾ ਬਿਆਨ। ਸ਼ਾਹ ਨੇ ਟਵੀਟ ਕੀਤਾ ਕਿ ਕਿਸਾਨ ਸਸ਼ਕਤੀਕਰਨ ਤੋਂ ਬਿਨਾ ਦੇਸ਼ ਦਾ ਸਰਵਪੱਖੀ ਵਿਕਾਸ ਅਸੰਭਵ ਹੈ ਇਸ ਲਈ ਸਾਲ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਭਗ 100 ਕਰੋੜ ਕਿਸਾਨਾਂ ਦੇ ਖਾਤਿਆਂ 'ਚ 20000 ਕਰੋੜ ਰੁਪਏ ਤੋਂ ਵੱਧ ਟਰਾਂਸਫਰ ਕੀਤੇ ਹਨ। ਮਨਜਿੰਦਰ ਸਿਰਸਾ ਨੇ ਕਿਹਾ ਜੀ ਮੈਂ ਦਿੱਲੀ ਕਮੇਟੀ ਦਾ ਨਾ ਹੀ ਪ੍ਰਧਾਨ ਬੰਨਾ ਤੇ ਨਾ ਹੀ ਮੈਂਬਰ ਆਸਟ੍ਰੇਲੀਆ ਦੇ ਨਾਲ ਦੁੱਧ ਖਰੀਦਣ ਦਾ ਕਰਾਰ ਕਰ ਰਹੀ ਹੈ ਮੋਦੀ ਸਰਕਾਰ ਰਕੇਸ਼ਟ ਕੈੜ ਨੇ ਦਿੱਤੀ ਵੱਡੀ ਚੇਤਾਵਨੀ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਆਮ ਅਤੇ ਖਾਸ ਖਬਰਾਂ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ